ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲਮ ਕੁੱਟ, ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹੇ ਰਵਾਂ ਡਾਕਟਰ ਅਮਰਜੀਤ ਸਿੰਘ ਜੁਸਾਨਾ ਦੀ ਤਰ੍ਹਾਂ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਇਹਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 9 ਅਗਸਤ 2019 25 ਸਾਵਨ ਨਾਨਕ ਸ਼ਾਹੀ ਸੰਮਤ 551 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਫਰਾਈਡੇ ਦਾ ਦਿਨ ਹੈ। ਜਿਸ ਤਰ੍ਹਾਂ ਕਿ ਅਸੀਂ 2-3 ਦਿਨਾਂ ਤੋਂ ਲਗਾਤਾਰ ਇਹ ਅਨਾਊਂਸ ਕਰ ਰਹੇ ਸੀ ਕਿ ਪ੍ਰੋਟੈਸਟ ਹੋਵੇਗਾ, ਹੋ ਰਿਹਾ ਹੈ, ਜਿੱਦਾਂ ਕਿ ਅੱਜ ਹੋਇਆ। ਸੋ ਇਹ ਸੀ ਪ੍ਰੋਟੈਸਟ। ਤੁਹਾਨੂੰ ਪਤਾ ਹੀ ਹੈ ਕਿ 5 ਅਗਸਤ ਤੋਂ ਮੋਦੀ ਸਰਕਾਰ ਨੇ ਜੋ 370 ਧਾਰਾ ਜਿਸ ਨੂੰ ਕਿ ਖਤਮ ਕੀਤਾ ਔਰ ਕਸ਼ਮੀਰ ਨੂੰ 2 ਹਿੱਸਿਆਂ ਵਿੱਚ ਵੰਡਿਆ, ਇਸ ਦੇ ਰੋਸ ਦੇ ਵਜੋਂ ਕਸ਼ਮੀਰੀਆਂ, ਪਾਕਿਸਤਾਨੀਆਂ ਅਤੇ ਸਿੱਖਾਂ ਵੱਲੋਂ ਜੋ ਅੱਜ ਪ੍ਰੋਟੈਸਟ ਹੋਇਆ ਸੀ ਉਹ ਹਾਈ ਕਮਿਸ਼ਨ, ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਹੋਇਆ ਸੀ। ਸੋ ਇਸ ਵਿੱਚ ਕਾਫੀ ਸਾਰੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ, ਭਾਵੇਂ ਉਹ ਬਜ਼ੁਰਗ ਹੋਣ, ਚਾਹੇ ਉਹ ਬੱਚੇ ਹੋਣ, ਚਾਹੇ ਉਹ ਜਵਾਨ ਹੋਣ, ਬੀਬੀਆਂ ਭੈਣਾਂ ਹੋਣ, ਉਸ ਵਿੱਚ ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਆਪਣੀਆਂ ਜੋ ਵੀ ਸੁਨੇਹ ਸਨ, ਜੋ ਮੈਸੇਜ ਸਨ ਉਹ ਦਿੱਤੇ। ਸੋ ਰੋਹ ਵਿੱਚ ਸੀ ਇਹ ਜੋ ਵੀ ਪ੍ਰੋਟੈਸਟ ਸੀ। ਸੋ ਇਸ ਨੂੰ TV84 ਦੀ ਟੀਮ ਨੇ ਫੁੱਲੀ ਕਵਰ ਕੀਤਾ ਔਰ ਇਸ ਨੂੰ ਲਾਈਵ ਵੀ ਦਿਖਾਇਆ ਗਿਆ। ਸਾਡੇ ਵਿਊਅਰਸ ਨੇ ਵੀ ਇਹਨਾਂ ਨੂੰ ਕਾਫੀ ਪਸੰਦ ਕੀਤਾ, 15,000 ਤੋਂ ਉੱਪਰ ਇਸ ਦੇ ਲਾਈਕ ਹੋਏ ਨੇ, ਲਾਈਕ ਸ਼ੇਅਰ ਕਾਫੀ ਸ਼ੇਅਰ ਵੀ ਗਏ ਨੇ ਔਰ ਕਮੈਂਟਸ ਵੀ ਇਸ ਦੇ ਉੱਪਰ ਸਾਨੂੰ ਕਾਫੀ ਵਧੀਆ ਆਏ ਨੇ। ਸੋ ਇਸ ਵਿੱਚ ਡਾਕਟਰ ਸਾਹਿਬ ਵੀ ਸ਼ਾਮਿਲ ਸਨ, ਉਹਨਾਂ ਵੀ ਆਪਣਾ ਮੈਸੇਜ ਦਿੱਤਾ ਹੈ। ਸੋ ਹੁਣ ਆਪਾਂ ਇਸ ਪ੍ਰੋਟੈਸਟ ਦੇ ਬਿਹਾਫ ਤੇ ਗੱਲਬਾਤ ਕਰਾਂਗੇ, ਫਿਰ ਉਸ ਤੋਂ ਬਾਅਦ ਜੋ ਅੱਜ ਦਾ ਅਹਿਮ ਇਸ਼ੂ ਹੋਵੇਗਾ ਉਸ ਬਾਰੇ ਵਿਚਾਰ ਚਰਚਾਵਾਂ ਹੋਣਗੀਆਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ ਹੈ ਜੀ, ਔਰ ਅਜੇ ਵੀ ਜਦੋਂ ਮੈਂ ਆ ਕੇ ਸਟੂਡੀਓ ਦੇ ਵਿੱਚ ਬੈਠਾ ਤੇ ਜ਼ਾਹਰ ਹੈ ਕੰਨਾਂ ਦੇ ਵਿੱਚ ਆਵਾਜ਼ਾਂ ਇਹੀ ਆ ਰਹੀਆਂ ਕਿ ਇੰਡੀਆ ਆਊਟ ਆਫ ਕਸ਼ਮੀਰ ਔਰ ਇੰਡੀਅਨ ਗਵਰਨਮੈਂਟ ਸ਼ੇਮ ਸ਼ੇਮ, ਖਾਲਿਸਤਾਨ ਜ਼ਿੰਦਾਬਾਦ, ਕਸ਼ਮੀਰੀ ਆਜ਼ਾਦੀ ਜ਼ਿੰਦਾਬਾਦ। ਸੋ ਜ਼ਾਹਰ ਹੈ ਕਿ ਵੀ ਇਹ ਇੰਡੀਅਨ ਮਿਸ਼ਨ, ਕਿਉਂਕਿ ਹਰ ਮੁਲਕ ਦੇ 2 ਜਿਹੜੇ ਨੇ ਉਹ ਸੈਂਟਰ ਹੁੰਦੇ ਨੇ, ਐਮਬੈਸੀਜ਼ ਜਾਂ ਕੁਝ ਮੁਲਕਾਂ 'ਚ ਨੂੰ ਹਾਈ ਕਮਿਸ਼ਨ ਕਹਿੰਦੇ ਨੇ, ਲੇਕਿਨ ਅਮਰੀਕਾ ਦੇ ਵਿੱਚ ਜਿਵੇਂ ਇੰਡੀਆ ਦੀ ਐਮਬੈਸੀ ਤਾਂ ਵਾਸ਼ਿੰਗਟਨ DC ਦੇ ਵਿੱਚ ਹੈ ਔਰ ਜਿਵੇਂ ਡਾਕਟਰ ਫਾਈ ਜਿਹੜੇ ਕਸ਼ਮੀਰ ਅਮੈਰੀਕਨ ਕੌਂਸਲ ਦੇ ਚੇਅਰਪਰਸਨ ਨੇ, ਉਹ ਮੈਨੂੰ ਦੱਸ ਰਹੇ ਸੀ ਕਿ ਕੱਲ੍ਹ ਇੱਕ ਪ੍ਰੋਟੈਸਟ ਇੰਡੀਅਨ ਐਮਬੈਸੀ ਦੇ ਬਾਹਰ ਰੱਖਿਆ ਹੋਇਆ। ਦੂਸਰਾ, ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਨਿਊਯਾਰਕ 'ਚ ਹੈ, 193 ਦੇਸ਼ ਦੁਨੀਆ ਦੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਅਤੇ ਹਰ ਮੁਲਕ ਆਪਣੇ ਨੁਮਾਇੰਦੇ ਜਾਂ ਆਪਣਾ ਉਹਨੂੰ ਪਰਮਾਨੈਂਟ ਰਿਪ੍ਰੈਜੈਂਟੇਟਿਵ ਕਹਿੰਦੇ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਭੇਜਦਾ। ਸੋ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਉਹਨਾਂ ਦਾ ਮਿਸ਼ਨ ਹੈ, ਜਿਹਨੂੰ UN ਮਿਸ਼ਨ ਕਹਿੰਦੇ ਨੇ, ਜਿਹੜਾ ਅੱਜ ਪ੍ਰੋਟੈਸਟ ਹੋਇਆ ਸਾਡਾ, ਉਹ ਇੰਡੀਆ ਦਾ UN ਮਿਸ਼ਨ ਜਿਹੜਾ ਉਹ ਮੈਨਹੈਟਨ ਦੇ ਵਿੱਚ ਉਸ ਦੇ ਬਾਹਰ ਹੋਇਆ। ਹਾਲਾਂਕਿ ਥਾਂ ਲਿਮਿਟਿਡ ਹੈ ਕਿਉਂਕਿ ਹੁਣ ਉਹ ਮੇਨ ਸਟਰੀਟ ਦੇ ਉੱਤੇ ਹੀ ਬੈਠੇ ਹੋਏ ਨੇ, ਟ੍ਰੈਫਿਕ ਵੀ ਚੱਲ ਰਿਹਾ ਹੁੰਦਾ ਹੈ ਔਰ ਉਹਨਾਂ ਨੇ 2 ਸਪੋਟ ਛੋਟੇ ਛੋਟੇ ਔਰ ਉਹਨਾਂ ਵਿਚਕਾਰ ਕਿਉਂਕਿ ਕਮਰਸ਼ਲ ਹੈ ਉਹਨੂੰ ਵੀ ਤੁਸੀਂ ਬਲੌਕ ਨਹੀਂ ਸੀ ਕਰ ਸਕਦੇ। ਸੋ ਦੋਵੇਂ ਪਾਸੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ, ਜਿੰਨੀ ਕੁ ਸਪੇਸ ਸੀ ਉਹਦੇ ਨਾਲ ਵੀ ਬਹੁਤ ਜ਼ਿਆਦਾ ਗਿਣਤੀ 'ਚ ਔਰ ਇਸ ਗੱਲ ਦਾ ਧਿਆਨ ਰਿਹਾ। ਵਰਕਿੰਗ ਡੇ, ਫਰਾਈਡੇ ਔਰ ਮੈਨਹੈਟਨ ਦਾ ਟ੍ਰੈਫਿਕ ਔਰ ਪਾਰਕਿੰਗ ਪ੍ਰੋਬਲਮ, ਇਹਦੇ ਬਾਵਜੂਦ ਹਾਲਾਂਕਿ ਆਮ ਤੌਰ 'ਤੇ ਹੁੰਦਾ ਹੈ ਵੀ ਜੇ ਤੁਸੀਂ 1-3 ਟਾਈਮ ਦਿੰਦੇ ਹੋ ਤਾਂ 2 ਵਜੇ ਮਾੜੀ ਮੋਟੀ ਨਸਲੋ ਹਰਕਤ ਸ਼ੁਰੂ ਹੁੰਦੀ ਹੈ, ਪਰ ਅਸੀਂ ਜਦੋਂ 1 ਵਜੇ ਦੇ ਕਰੀਬ, ਕਿਉਂਕਿ ਅਸੀਂ ਅੱਜ ਲਾਈਵ ਕਵਰ ਕਰਨਾ ਸੀ ਇਸ ਨੂੰ
और इस गल नूं यकीनी बनाने लई क्योंकि उत्थे पता नहीं सी कि साउंड सिस्टम जा पावर सिस्टम है भी कि नहीं सो असी अपना जनरेटर और अपनी साड़ी टीम सारी फुल फ्लैज तुसी भी उस नूं दी एंकरिंग कीती है पहुंचे ते ऑलरेडी उत्थे जिहड़ा है वड्डी गिणती दे विच जिहड़े ने पार्टिसिपेंट उह पहुंचे हुए सी और अज जुम्मे दा दिन है ज़ाहर है जुम्मे दी नमाज अदा की जाती है उही वक्त हुंदा है सो यह भी अपने आप दे विच जिथे असी पोलिटिकली अपनी स्ट्रगल की गल करते हैं उत्थे मजहबी तौर दे उत्ते भी जिहड़े जुड़े हुए ने उन्होंने इस गल नूं यकीनी बनाया है कि उत्थे पूरे मान सम्मान दे नाल उन्होंने नमाज अदा की खुतबा भी दिता गया और मैं समझदा भी जिवें कल असी यह डिस्कस किया कि भारत भर के 29 सूबे ने किनिया 7-8 यूनियन टैरीटरीज ने और किनिया पोलिटिकल पार्टीज रीजनल पार्टीज ने सिर्फ एक पंजाब स्टेट उही कश्मीरियां दे नाल खलोती और कल असी वेरवे दे नाल दस्या सी कि किवें क्विंट जिहड़ी पब्लीकेशन है उहदे आदित्य मैनन ने यह कहा कि किवें सिख हर शेड दे किसी भी पोलिटिकल पार्टी दे प्रोटेस्ट भी होए ने यूनिवर्सिटियां दे बाहर भी खलोते ने सो अज भी मैनू इस गल का फखर महसूस होया है हालांकि एक दिन दे नोटिस ते ही यह प्रोटेस्ट सी सो साडे वीर भैण ईवन न्यू जर्सी तो भी आए और इतों भी जेडे खास तौर पर जिन्हां नूं मैं रिप्रेजेंटेटिव बॉडीज कहांगा उन्हां दे नुमाइंदे भी मौजूद सी और जिवें एक कश्मीरी भैण ने कहा भी दस्तारां देख के तां रौनक आ जांदी है ते हौसला वध जांदा है और इसे तरह साडे भैण जी फरीदा जिहड़े अक्सर साडे TV84 नाल भी जुड़े हुंदे ने उन्हां ने भी जिवें दुआ दित्ती और कहा कि रब तुहानूं मकसद अपने च भी कामयाब करे ते मैं उन्हां नूं कह रिहा सी कि बेशक मसीतां गुरुद्वारे मंदिर चर्च और हर एक दे अपने मुल्लां ग्रंथी प्रीस्ट हुंदे ने पर एक मां दी दुआ च बड़ी ताकत हुंदी है और एक भैण दी दुआ च बड़ी ताकत हुंदी है क्योंकि दोनों रिश्तियां च किते ना किते एक बेगरज पुन है उहदे च कोई गरज नहीं जुड़ी हुई और मैं इह समझदा कि जिथे असी जदों अज कश्मीर वादी वल देखदे ते उह फिर हजारां मावां जिन्हां दे बच्चे इन्हां सालां दे विच गायब कर दित्ते गए मास ग्रेव्स दी गल है किन्हां हालातां च उह भैणां उह पत्नियां और इह सारा जिहड़ा पार्ट है जे असीं उस दर्द नूं महसूस नहीं कर सकदे ते फिर असीं इंसान ही नहीं है मैं समझदा हां भई सियासी मकसद होणा जां निशाना होणा इह तां इक वक्खरी गल है इक इंसानी दर्द है इक इंसानी हमदर्दी है सो मैं समझदा हां भई इह साडा फर्ज बणदा है कि असी जिथे भी इंसानियत की गल हुई उहदे नाल खलोईए और साडे कश्मीरी भरा पाकिस्तानी भरा भी जिवें वेलकम करते ने प्यार करते ने दर्शक स्क्रीन ते देख सकते ने कि एक पुरजोश मुजारा सी और बहुत सारे मीडिया चैनल इंडिविजुअल अगे तो हुंदे सी भी तुहानू पता है भी किन्ने चैनल्स वाले आए ने उन्हां नाल तुसी गलबात कर रहे हो हुण तां हर कोई अपना फोन कढ़दा है ते ओ नाल दी नाल अनाउंस कर रहा हुंदा जी मैं लाइव हो गया नहीं आ भी तुहानू दस दी कि उत्थे 19 की जगह ते उन्होंने इंटरनेट दी जिहड़ी सर्विस सी ओ कट ऑफ कीती होई सी ਬੈਂਕ ਉੱਡ ਕੇ ਸਾਡੇ ਕੋਲ ਵਾਈਫਾਈ ਜਾਂ ਸਾਰਾ ਇੰਟਰਨੈਟ ਦਾ ਸਾਡੇ ਕੋਲ ਸਮਾਨ ਹੈਗਾ ਸੀ ਬਾਕੀ ਸਾਰੇ ਪਜ਼ਲ ਹੋ ਰਹੇ ਸੀ ਕਿ ਐ ਕੀ ਹੋ ਰਿਹਾ ਕਿਉਂਕਿ ਉਹ ਇੰਡੀਅਨ ਮਿਸ਼ਨ ਵਾਲਿਆਂ ਦੀ ਰੇਂਜ 'ਚ ਹੋਣਾ ਹੈ ਉਹਨਾਂ ਦੀ 19 ਰੇਂਜ ਵਿੱਚ ਨਹੀਂ ਚੱਲ ਰਿਹਾ ਸੀ ਜੀ ਔਰ ਮੈਂ ਇਹ ਵੀ ਨੋਟਿਸ ਕਰ ਰਿਹਾ ਸੀ ਕਿ ਉਹਨਾਂ ਦੀ ਮਿਸ਼ਨ ਦੀ ਬਿਲਡਿੰਗ ਦੇ ਉੱਤੇ ਉਹਨਾਂ ਦੇ ਬੇਟ ਅੱਬੇ ਦੇ ਮੋਟੇ ਮੋਟੇ ਪਿਕਚਰਸ ਵਗੈਰਾ ਲੈ ਰਹੇ ਸੀ ਪੱਦੀ ਸ਼ਕਲਾਂ ਵਾਲੇ ਜਿਹੜੇ ਨੇ ਉਹ ਕੈਮਰੇ ਉਹਨਾਂ ਨੇ ਰੱਖ ਕੇ ਤੇ ਉਹ ਇਵੇਂ ਜਿਵੇਂ ਕੋਈ ਡਰਾ ਰਿਹਾ ਹੁੰਦਾ ਔਰ ਅਖੀਰ ਦੇ ਵਿੱਚ ਜਦੋਂ ਆਲਮੋਸਟ ਪ੍ਰੋਟੈਸਟ ਖਾਤਮੇ ਦੇ ਨੇੜੇ ਸੀ ਤੇ ਉਹਨਾਂ ਦੇ 2-3 ਜਿਹੜੇ ਨੇ ਬੰਦੇ ਉਹ ਤਿਰੰਗੇ ਜੇ ਲਪੇਟ ਕੇ ਜਿਹੜੇ ਨੇ ਥੱਲੇ ਉਤਰ ਕੇ ਆਏ ਸਾਹਮਣੇ ਉਹ ਜ਼ਾਹਰ ਹੈ ਪ੍ਰੋਵੋਕੇਸ਼ਨ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਵੀ ਇਧਰੋਂ ਸੜਕ ਕ੍ਰਾਸ ਕਰਕੇ ਉਹਨਾਂ ਦੇ 4 ਛਿੱਤਰ ਮਾਰੇ ਜਾਣ ਪਰ ਸਾਡਿਆਂ ਨੇ ਛਿੱਤਰ ਤੇ ਨਹੀਂ ਮਾਰੇ ਪਰ ਪੰਜਾਬੀ ਦੀਆਂ ਚੋਂਦੀਆਂ ਚੋਂਦੀਆਂ ਗੱਲਾਂ ਉਹਨਾਂ ਨੂੰ ਜ਼ਰੂਰ ਸੁਣਾਈਆਂ ਤੇ ਉਹ ਉਹੀ ਜਿਹੜੇ ਨੇ ਔਰ ਬੇਸ਼ਰਮੀ ਦਾ ਆਲਮ ਇਹ ਸੀ ਕਿ ਇਹਦੇ ਬਾਵਜੂਦ ਉਹ TV84 ਦੇ ਜਿਹੜਾ ਕੈਮਰਾਮੈਨ ਨੂੰ ਕਹਿ ਰਹੇ ਸੀ ਜੀ ਸਾਨੂੰ ਵੀ ਇੰਟਰਵਿਊ ਕਰੋ ਵੀ ਸਾਡੀ ਵੀ ਸ਼ਕਲ ਦਿਖਾਓ ਸੋ ਇਸ ਹਾਲ ਦੀ ਬਦਹਾਲੀ ਔਰ ਇਹ ਉਹਨਾਂ ਦੀ ਨਵੀਂ ਸਟ੍ਰੈਟਜੀ ਹੈ ਲੰਡਨ 'ਚ ਵੀ ਇਹ ਦੇਖਣ 'ਚ ਆਇਆ ਯੂਰਪ 'ਚ ਵੀ ਆ ਰਿਹਾ ਕੈਲੀਫੋਰਨੀਆ 'ਚ ਵੀ ਹੋਇਆ ਕਿ ਉਹ ਸਾਹਮਣਿਓ ਦੀ ਆ ਕੇ ਹੁਣ ਚੈਲੰਜ ਕਰਦੇ ਨੇ ਕਿਉਂਕਿ ਉਹ ਇੱਕ ਪਾਸੇ ਤੋਂ ਇਹ ਦੱਸਣਾ ਚਾਹੁੰਦੇ ਨੇ ਕਿ ਵੀ ਜਦੋਂ ਉਹਨਾਂ ਦੇ ਫਿਰ ਆਪਣੇ ਮੀਡੀਆ ਨੇ ਖਬਰਾਂ ਲਾਣੀ ਹੈ ਜੇ ਤੁਹਾਡਾ 5000 ਬੰਦਾ ਇੱਕ ਪਾਸੇ ਹੈ ਉਹਨੂੰ ਉਹ ਇੱਕ ਪ੍ਰੋਟੈਸਟ ਹੀ ਕਹਿਣਗੇ
ਤੇ ਉਹਨਾਂ ਦੇ 5 7 10 ਨੂੰ ਦਿਖਾਣ ਕੇ ਕਹਿਣਗੇ ਕਾਊਂਟਰ ਪ੍ਰੋਟੈਸਟ ਸੋ 5000 ਨੂੰ 5 ਬੰਦੇ ਜਿਹੜੇ ਨੇ ਉਹਨਾਂ ਦਾ ਬੈਲੈਂਸ ਕਰਵਾ ਰਹੇ ਹੁੰਦੇ ਨੇ ਸੋ ਜਿਹੜੀ ਸਪਿਰਿਟ ਸੀ ਉਹ ਅੱਜ ਅਨਬੀਟਿੰਗ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਹੈ ਬਿਗਨਿੰਗ ਹੈ ਔਰ ਇਸ ਪ੍ਰੈਸ਼ਰ ਨੂੰ ਜਾਰੀ ਰੱਖਣ ਦੀ ਲੋੜ ਹੈ ਔਰ ਜਿਵੇਂ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਕਿਹਾ ਹਾਲਾਂਕਿ ਉਦੋਂ ਤੱਕ ਬਹੁਤਿਆਂ ਨੂੰ ਸ਼ੋਰ ਨਹੀਂ ਸੀ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਹ ਖਬਰ ਆਈ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਅੱਜ ਕਿਉਂਕਿ ਜੁੰਮੇ ਦੀ ਨਮਾਜ਼ ਸੀ ਕਸ਼ਮੀਰ ਦੇ ਵਿੱਚ ਸਾਰੇ ਪਾਸੇ ਹੁੰਦੀ ਹੈ ਈਦ ਆ ਰਹੀ ਹੈ ਮੰਡੇ ਨੂੰ ਉੱਥੇ ਔਰ ਉਹਨਾਂ ਨੇ ਇਹ ਦੇਖਣ ਦੇ ਲਈ ਕਿ ਕੀ ਇਹ ਕਿਹਾ ਜਾ ਰਿਹਾ ਸੀ ਜੀ ਕਿ ਜਿਹੜਾ ਜੁੰਮੇ ਦੇ ਮੌਕੇ ਮਸੀਤ 'ਚ ਜਾਣ ਲਈ ਜਾਂ ਨਮਾਜ਼ ਪੜ੍ਹਨ ਦੇ ਲਈ ਢਿੱਲ ਦਿੱਤੀ ਜਾ ਸਕਦੀ ਹੈ ਔਰ ਖਬਰਾਂ ਇਹੀ ਸੀ ਕਿ ਬਿਲਕੁਲ ਸ਼ਾਂਤ ਹੈ ਔਰ ਅਜੀਤ ਡੋਵਲ ਵੀ ਬਿਰਿਆਨੀ ਜਾ ਕੇ ਖਾ ਰਿਹਾ ਹੈ ਕੋਈ ਹੋਰ 2-4 ਇਸ ਕਿਸਮ ਦੇ ਜਿਹੜੇ ਉਹਨਾਂ ਦੇ ਪਹਾੜੇ ਦੇ ਟੱਟੂ ਨੇ ਉਹਨਾਂ ਦੀਆਂ ਵੀਡੀਓਜ਼ ਵਿੱਚ ਪਾਈਆਂ ਹੋਈਆਂ ਸੀ ਕਿ ਜੀ ਈਵਨ ਬਰਖਾ ਦੱਤ ਕਿ ਐਵਰੀਥਿੰਗ ਸੀਮਸ ਟੂ ਬੀ ਨੋਰਮਲ ਐਵਰੀਥਿੰਗ ਇਜ਼ ਨੋਰਮਲ ਉਹ ਨੋਰਮਲ ਤੁਸੀਂ ਹਰ ਬੰਦੇ ਦੇ ਘਰ ਦੇ ਬਾਹਰ ਫੌਜੀ ਖੜਾ ਕੀਤਾ ਹੈ ਨਿਕਲਣ ਤੁਸੀਂ ਦਿੰਦੇ ਨੇ ਇੱਕ ਵਾਰੀ ਨਿਕਲਣ ਤਾਂ ਦਿਓ ਔਰ ਮੈਂ ਜਿਵੇਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਮੈਂ ਕਿਹਾ ਜੀ ਅਸੀਂ ਪੰਜਾਬ ਦੇ ਲੋਕ ਹਰ ਚੀਜ਼ ਤੱਤੀ ਤੱਤੀ ਖਾਣ ਦੇ ਆਦੀ ਹੈ ਠੰਡੀ ਹੋਏ ਵੀ ਤਾਂ ਅਸੀਂ ਕਹਿੰਦੇ ਗਰਮ ਕਰਕੇ ਲਿਆ ਮੈਂ ਕਿਹਾ ਕਸ਼ਮੀਰ ਦੇ ਲੋਕ ਠੰਡੀ ਕਰਕੇ ਖਾਂਦੇ ਨੇ ਸੋ ਜੇ ਇਮੀਡੀਏਟ ਕੁਛ ਨਾ ਵੀ ਹੋਇਆ ਤਾਂ ਇਹ ਨਾ ਸਮਝੋ ਕਿ ਕਸ਼ਮੀਰੀਆਂ ਨੇ ਹਾਰ ਮੰਨ ਲਈ ਹੈ ਕਸ਼ਮੀਰੀਆਂ ਨੇ ਉਹ ਬੜੇ ਸਮਝਦਾਰ ਪੜ੍ਹੇ ਲਿਖੇ ਲੋਕ ਨੇ ਔਰ ਉਹ ਹੌਲੀ ਹੌਲੀ ਵੀ ਜਦੋਂ ਆਉਣਗੇ ਉਹ ਆਉਣਗੇ ਹੁਣ ਆਜ਼ਾਦੀ ਦੇ ਉੱਤੇ ਹੀ ਪਰ ਮੈਂ ਗਲਤ ਸਾਬਤ ਹੋਇਆ ਉਹਨਾਂ ਨੇ ਵੀ ਤਤਪਲਤਾ ਨਾਲ ਦੀ ਨਾਲ ਰਿਐਕਸ਼ਨ ਦਿੱਤਾ ਔਰ ਆਉਂਦਿਆਂ ਹੀ ਕਿਉਂਕਿ ਮੈਂ ਦੇਖ ਰਿਹਾ ਸੀ ਮੈਂ ਕਿਹਾ ਮੀਡੀਆ 'ਚ ਆ ਗਿਆ ਜੀ ਜੰਮੂ 'ਚੋਂ ਹਟਾ ਦਿੱਤੀ 144 ਵੀ ਔਰ ਕਰਫਿਊ ਵਰਗੇ ਵੀ ਕਸ਼ਮੀਰ 'ਚ ਵੀ ਔਰ ਆਉਂਦੇ ਹੀ ਮੈਂ ਦੇਖਿਆ ਤੇ ਵਾਸ਼ਿੰਗਟਨ ਪੋਸਟ ਦੀ ਸਟੋਰੀ ਜਿਹੜਾ ਕਿ ਉਹਨਾਂ ਦੇ ਨੀਹਾ ਮਸੀਹ ਜਿਹੜੀ ਹੈ ਕੋਰਸਪੋਂਡੈਂਟ ਨੇ ਕੀਤੀ ਹੈ ਔਰ ਡੇਟ ਲਾਈਨ ਸ੍ਰੀਨਗਰ ਦੀ ਹੈ ਔਰ ਉਹਦਾ ਹੈਡਿੰਗ ਹੀ ਇਹ ਹੈ ਪੁਸ਼ਟ ਟੂ ਦਾ ਵਾਲ ਪ੍ਰੋਟੈਸਟ ਅਰਪਟ ਇਨ ਕਸ਼ਮੀਰ ਓਵਰ ਇੰਡੀਅਨ ਮੂਵ ਟੂ ਐਂਡ ਆਟੋਨਮੀ ਹੁਣ ਪੁਸ਼ਟ ਟੂ ਦਾ ਵਾਲ ਅਸੀਂ ਵੀ ਜਿਵੇਂ ਇਸਤੇਮਾਲ ਕੀਤਾ ਸੀ ਕਿ ਈਵਨ ਜਿਵੇਂ ਬਿੱਲੀ ਵਰਗਾ ਐਨੀਮਲ ਹੈ ਤਾਂ ਵਾਈਲਡ ਕੈਟ ਫੈਮਿਲੀ ਪਰ ਕਿਉਂਕਿ ਉਹਨੂੰ ਤੁਸੀਂ ਘਰੇਲੂ ਬਣਾ ਲੈਂਦੇ ਹੋ ਪਾਲਤੂ ਬਣਾ ਲੈਂਦੇ ਹੋ ਅਤੇ ਉਹ ਫਿਰ ਉਸ ਉਹਦੇ 'ਤੇ ਹੱਥ ਫੇਰਦੇ ਰਹੋ ਅਤੇ ਉਹ ਕੋਈ ਵਾਇਲੈਂਟ ਨਹੀਂ ਹੁੰਦੀ ਪਰ ਜਦੋਂ ਤੁਸੀਂ ਘਰ ਦੇ ਬੂਹੇ ਬਾਰੀਆਂ ਰੋਸ਼ਨਦਾਨ ਸਭ ਬੰਦ ਕਰ ਦਿਓ ਅਤੇ ਉਹਨੂੰ ਕੰਧ ਦੇ ਨਾਲ ਲਾਣਾ ਜਿਹਨੂੰ ਕਹਿੰਦੇ ਨੇ ਤੇ ਫਿਰ ਉਹ ਵੀ ਸ਼ੇਰਨੀ ਬਣ ਜਾਂਦੀ ਹੈ ਉਹ ਫਿਰ ਅਸਲੀ ਸ਼ੇਰ ਦੀ ਮਾਸੀ ਬਣਦੀ ਹੈ ਉਹ ਵੀ ਫਾਈਟ ਬੈਕ ਕਰਦੀ ਹੈ ਸੋ ਇਹਦੇ ਚੋਂ ਹੀ ਇਹ ਐਕਸਪ੍ਰੈਸ਼ਨ ਹੈ ਕਿ ਪੁਸ਼ ਟੂ ਦਾ ਵਾਲ ਜਦੋਂ ਤੁਸੀਂ ਕਿਸੇ ਨੂੰ ਕੰਧ ਨਾਲ ਲਾ ਦਿੰਦੇ ਹੋ ਕਿ ਔਰ ਇਹ ਇਸ ਸਾਰੀ ਸਟੋਰੀ ਦਾ ਲੁਬੇ ਲੁਬਾ ਵੀ ਇਹ ਹੈ ਕਿ ਬੇਸ਼ੱਕ ਉਹਨਾਂ ਨੂੰ ਔਰ ਕੌਮਾਂ 'ਚ ਦਿੱਤਾ ਹੋਇਆ ਪੁਸ਼ ਟੂ ਦਾ ਵਾਲ ਉਹਨਾਂ ਨੇ ਜਿਹੜਾ ਕਸ਼ਮੀਰੀ ਔਰ ਇਹਦਾ ਮੈਂ ਵੇਰਵਾ ਉਹਨਾਂ ਦੇ ਲਫ਼ਜ਼ਾਂ 'ਚ ਹੀ ਪੜ੍ਹਦੇ ਹਾਂ ਕਿਉਂਕਿ ਫਿਰ ਇਹ ਨਹੀਂ ਲੱਗਦਾ ਵੀ ਅਸੀਂ ਕੋਈ ਮੈਨੀਪੁਲੇਟ ਕਰ ਰਹੇ ਹਾਂ ਔਰ ਵਾਸ਼ਿੰਗਟਨ ਪੋਸਟ ਦੁਨੀਆ ਦੇ ਮੋਸਟ 10 ਪ੍ਰੋਮੀਨੈਂਟ ਨਿਊਜ਼ ਪੇਪਰਸ ਕ੍ਰੈਡੀਬਲ ਜਿਹਨਾਂ ਨੂੰ ਦੁਨੀਆ ਭਰ ਦੇ ਵਿੱਚ ਮੋਨੀਟਰ ਕੀਤਾ ਜਾਂਦਾ ਇਹਦੇ 'ਚ ਉਹਨੇ ਕਿਹਾ ਦਾ ਪ੍ਰੋਟੈਸਟਰਸ ਗੈਦਰਡ ਬਾਈ ਦਾ ਥਾਊਜ਼ੈਂਡਸ ਡਜ਼ਨਸ ਨਹੀਂ ਹੰਡਰਡਸ ਨਹੀਂ ਬਾਈ ਦਾ ਥਾਊਜ਼ੈਂਡਸ ਦਾ ਪ੍ਰੋਟੈਸਟਰਸ ਗੈਦਰਡ ਬਾਈ ਦਾ ਥਾਊਜ਼ੈਂਡਸ ਆਫਟਰ ਫਰਾਈਡੇ ਪ੍ਰੇਅਰਸ ਐਂਡ ਸੈਟ ਅਪ ਫਰੋਮ ਏ ਮੋਸਕ ਇਨ ਕਸ਼ਮੀਰੀ ਕੈਪੀਟਲ ਆਫ ਸ੍ਰੀਨਗਰ ਚੈਂਟਿੰਗ ਸਲੋਗਨਸ ਅਬਾਊਟ ਫਰੀਡਮ ਕਿ ਹਜ਼ਾਰਾਂ ਲੋਕ ਉਹਨਾਂ ਨੇ ਆਪਣੀ ਨਮਾਜ਼ ਅਦਾ ਕੀਤੀ ਔਰ ਮਸੀਦ ਤੋਂ ਹੀ ਉਹ ਨਿਕਲ ਪਏ ਆਜ਼ਾਦੀ ਆਜ਼ਾਦੀ ਕਰਦੇ ਸਿਕਿਉਰਿਟੀ ਫੋਰਸਿਸ ਟੋਲ ਦੈਮ ਟੂ ਟਰਨ ਬੈਕ ਬਟ ਦੇ ਰਿਫਿਊਜ਼ਡ ਐਂਡ ਸੈਟ ਡਾਊਨ ਇਨ ਦਾ ਰੋਡ 6 ਆਈ ਵਿਟਨੈਸਿਸ ਸੈਡ ਇਹ ਜਿਹੜਾ ਸਟੋਰੀ ਕਰ ਰਿਹਾ ਉਹ ਕਹਿੰਦਾ 6 ਅੱਡ ਅੱਡ ਚਸ਼ਮਦੀਦ ਗਵਾਹਾਂ ਤੋਂ ਕਨਫਰਮ ਕੀਤਾ ਕਿ ਵੀ ਹਜ਼ਾਰਾਂ ਨਿਕਲੇ ਔਰ ਇਹ 5 ਦਿਨ ਤੋਂ ਬਾਅਦ ਹੁਣ 5 ਦਿਨ ਹੋ ਗਏ ਨੇ ਭੁੱਖੇ ਪਾਣੇ ਲੋਕ ਆਪਣੀ ਇਬਾਦਤ ਲਈ ਆਏ ਤੁਸੀਂ ਮੁਸੀਬਤ ਦੀ ਕੜੀ ਅੱਲਾ ਦੇ ਕੋਲ ਹੀ ਜਾਂਦੇ ਹੋ ਅੱਲਾ ਨੂੰ ਹੀ ਕਹਿੰਦੇ ਹੋ ਰੱਬ ਨੂੰ ਹੀ ਕਹਿੰਦੇ ਹੋ ਕਿ ਰੱਬਾ ਸਾਨੂੰ ਕਿਹੜੀ ਮੁਸੀਬਤ 'ਚ ਫਸਾ ਦਿੱਤਾ ਹੈ ਸਾਨੂੰ ਕੱਢ ਔਰ ਉਸ ਹਾਲ 'ਚ ਵੀ ਹਜ਼ਾਰਾਂ ਬਾਹਰ ਨਿਕਲੇ ਪੁਲਿਸ ਨੇ ਕਿਹਾ ਰੁਕੋ ਉਹਨਾਂ ਨੇ ਇਨਕਾਰ ਕੀਤਾ ਇਹ 6 ਗਵਾਹਾਂ ਚਸ਼ਮਦੀਦਾਂ ਨੇ ਕਿਹਾ ਨੋਟ ਲੌਂਗ ਆਫਟਰ ਦਾ ਫਾਇਰਿੰਗ ਬਿਗੇਨ ਹੁਣ ਜ਼ਾਹਰ ਹੈ ਕਿ ਭੀੜ 'ਚੋਂ ਤਾਂ ਕਿਸੇ ਨੇ ਫਾਇਰਿੰਗ ਨਹੀਂ ਕੀਤੀ ਜੇ ਉਹ ਪੀਸਫੁਲੀ ਜਿਹੜਾ ਇਤਜ਼ਾਜ਼ ਕਰਨ ਦਾ ਪ੍ਰੋਟੈਸਟ ਕਰਨ ਦਾ ਉਹਨਾਂ ਦਾ ਹੱਕ ਹੈ ਪਰ ਉਹਨਾਂ ਨੇ ਫਾਇਰਿੰਗ ਕੀਤੀ ਦਾ ਪ੍ਰੋਟੈਸਟ ਇਨ ਵਿੱਚ ਐਟ ਲੀਸਟ 8 ਪੀਪਲ ਵਾਰ ਇੰਜਰਡ ਫਰੋਮ ਸ਼ਾਰਟਗਨ ਪੈਲਟ ਇੰਜਰੀਜ ਵਾਜ ਵਨ ਆਫ ਦਾ ਲਾਰਜੈਸਟ ਡਿਸਪਲੇਜ਼ ਆਫ ਪਬਲਿਕ ਐਂਗਰ ਅਗੇਂਸਟ ਇੰਡੀਆਜ਼ ਅਬਰਪਟ ਮੂਵ ਦਿਸ ਵੀਕ ਟੂ ਸਟ੍ਰਿਪ ਕਸ਼ਮੀਰ ਆਫ ਦਾ ਆਟੋਨਮੀ ਐਂਡ ਦਾ ਸਟੇਟਹੁੱਡ ਵਨ ਆਫ ਦਾ ਲਾਰਜੈਸਟ ਡਿਸਪਲੇ ਇਹਦਾ ਮਤਲਬ ਹੈ
कि कश्मीर वादी च बहुत सारे हुए ने और इन्होंने वड्डियां चों एक ये भी वड्डा सी द स्टेप प्लंज कश्मीर इंडियाज ओनली मुस्लिम मेजोरिटी रीजन इन टू अनसर्टनटी एंड लेड टू ए डिप्लोमैटिक ब्रेकडाउन विद राइवल पाकिस्तान। सो जाहिर है पाकिस्तान ने समझौता एक्सप्रेस जड़ी है वो की सी कैंसल, अज उन्होंने थार एक्सप्रेस जड़ी राजस्थान और सिंध नू जोड़दी है वह भी पिछले 20 साल तो चल रही थी शायद 80s तो ज्यादा उन्होंने भी उन्होंने बंद किया और शाह महमूद कुरैशी जड़े ने ऑलरेडी चाइना पहुंचे ने और उन्होंने अपने ट्विटर हैंडल तो जड़ा पिक्चर्स भी ट्वीट की है और उन्होंने ये कहा है कि भी किवें ये दौरा जड़ा बड़ा कामयाब है और उन्होंने ये है बीबीसी की स्टोरी सी कश्मीर मामले ते पाकिस्तान है चीन दे नाल। सो उदे च उन्होंने ये कहा कि भी तीन ट्वीट्स उन्होंने शाह महमूद कुरैशी ने किए ने। पहला उन्होंने कहा टुडे आई हैड ए स्ट्रोंग एंड कंक्लूसिव मीटिंग विद स्टेट काउंसलर एंड फॉरेन मिनिस्टर ऑफ चाइना वैंग यी। पाकिस्तान शेयर्स ए बॉन्ड ऑफ ब्रदरहुड विद चाइना एज फर्दर एविडेंस्ड इन द मीटिंग टुडे वेयर चाइना रीअश्योर्ड पाकिस्तान ऑफ इट्स सपोर्ट एंड कमिटमेंट। कि भी असी उन्होंने चाइनीज फॉरन मिनिस्टर मिले वैंग यी और साडे भरातरी भाव वाले संबंध ने और चीन ने फुली पाकिस्तान की हमायत की है। फिर उन्होंने कहा फॉरन मिनिस्टर वैंग यी हैज एक्नोलेज्ड दैट इंडियाज एग्रेसिव स्टैंस ऑन कश्मीर लीव्स द पीपल ऑफ कश्मीर वल्नरेबल एंड वॉइसलैस वायल आलसो पुटिंग द एंटायर रीजन एट रिस्क। ये दूसरा उन्होंने कि भी ये कश्मीर के लोगों वल्नरेबल कर दिता है और इंडिया का एग्रेसिव स्टैंस है। और तीसरा उन्होंने कहा चाइना सपोर्ट्स पाकिस्तान्स रिपीटेड कॉल्स फॉर पीस एंड स्टेबिलिटी एंड वी विल वर्क टूगैदर टू हाईलाइट द वॉयस ऑफ द कश्मीरीज टू द वर्ल्ड। ये भी बड़ा इंपॉर्टेंट सी क्योंकि पाकिस्तान का मेन जो पार्टनर है वो चाइना है। तो चाइना ने फुल सपोर्ट थ्रो की है कि वह वर्ल्ड लैवल के उत्ते भी इन्हों उठाएंगे। सो जाहिर है सिक्योरिटी कौंसल वाला इशू जरूर होएगा पर एक ये डिसअपॉइंटमेंट भी सी और ये दस दी है अज भी जदों एक मीडिया चैनल मैं इंटरव्यू कर रहा है तो मैं पूछता है कि भी तुसी की एक्सपैक्ट करते हो कि यूनाइटेड नेशंस के लैवल से यूनाइट सिक्योरिटी कौंसल या जनरल असेंबली। तो मैं उन्होंने कहा मैं कि जी मैं एक फ्रेज अक्सर इस्तेमाल करदा यूनाइटेड नेशंस लई कि इट्स ए स्पाइनलैस टूथलैस एंड गटलैस ऑर्गेनाइजेशन। ना ये रीढ़ की हड्डी है ना इस दियां अंतड़ियां ने और ना ये दंद ने। और मैं क्या भी ये इन्होंने यही कुछ करना है जो कुछ इन्हों कहा जाता है और इन्हों का अपना नहीं। और मैं जो ये स्टोरी देखी तो मैं क्या भी मैं अज ही तो कह के आया और ये बिल्कुल यूनाइटेड नेशन चीफ रीकॉल्स शिमला एग्रीमेंट अपील्स टू इंडिया पाकिस्तान फॉर रेस्ट्रेंट। हूँ बजाए कि जी अनफिनिश्ड बिजनेस है यूएन की सिक्योरिटी कौंसल की जिन्होंने प्लेबिसाइड का रेजोल्यूशन किया इंप्लीमेंट कर वो शिमला एग्रीमेंट का हवाले दे हवाला दे रहे कि जी शिमला एग्रीमेंट तू यही कह दे कि ईवन जो उन्होंने किया है अगेंस्ट द शिमला एग्रीमेंट है जे तुम अपने रेजोल्यूशन याद नहीं ने। क्योंकि जाहिर है कि शिमला एग्रीमेंट के गलबात की गल है पर इत्थे कश्मीर जड़ी डिस्प्यूटेड टेरिटरी है यूएन के थले यूनीलेटरली जड़ी है वो एक पासे की जड़ी मेजोरिटी दे नाल वो एक मता करके कहण जी संविधान भी गया इंटरनेशनल स्टेटस भी गया साडा इंटरनल मैटर है तो यूएन का जड़ा सैकटरी जनरल है वह कह रहा हो जी एज पर शिमला एग्रीमेंट जड़ा वह होएगा। वह तो ईवन शिमला एग्रीमेंट दियां भी उन्होंने धज्जियां उड़ाइया ने वह बाइलेटरल की गल करदा है। और जदों पाकिस्तान ने हाई कमिश्नर बाहर थ्रो किया उन्होंने जड़ा इधर समझौता एक्सप्रैस और थार एक्सप्रैस बंद किए ने तो इंडियन फॉरन मिनिस्ट्री कह रही है कि पाकिस्तान शुड नॉट हैव टेकन दीज स्टैप्स यूनीलेटरली नहीं कि भी पाकिस्तान सलाह करता साढ़े नाल। तुसी जिन्ना वड्डा कहर वरता दिता है तुसी तां अपनियां जड़ां दे विच जिहड़ा है वो तेल पा लिया क्योंकि इंडिया नूं रियलाइजेशन नहीं है। और ज्यों ज्यों ये गल अगे जा रही है दफ्तर साढ़े काजी साहब आए हुणे ही और पुछ रहे सी की होया मैं कहा जी बहुत वधिया हो रहा जी बिल्कुल क्लीयर है। उहदा एक पार्ट तो यह है कि जिहड़े दलाल सी विचाले वह हट गए। मैं कहा जो तक पाकिस्तान का सवाल है ठीक है हुण क्योंकि उन्होंने एब्रोगेट किया है तो पाकिस्तान ने स्टैंड लिया लेना भी चाहिए सी
पर यह गल याद रखने वाली है कि पाकिस्तान ने तो कदे भी आर्टिकल 370 या 35A नूं एंडोर्स की मानता भी नहीं दिती। रीजन यही सी कि ऑलरेडी 48 दे विच यूएन दा रेजोल्यूशन प्लेबिसाइट दा सी। नेहरू ने देखिया भी जम्मू कश्मीर च प्लेबिसाइट होएगा, जाहिर है पाकिस्तान दे नाल जाणगे, और उन्हें शेख अब्दुल्ले दे नाल गिटमिट करके उन्होंने कहा कि जी उन्हां क्योंकि पहला ही ये दो बंदे जिन्होंने दोनों कौमां नूं हिंदुआं दी गुलामी दे विच सुट्टिया, मास्टर तारा सिंह जिन्हें 47 दे विच बजाए अपनी अड मुल्क दी ऑप्शन लैण दे जां कायदे आजम दी ऑफर दे उत्ते कोई सीरियस गलबात करन दे बिना कोई अशोरेंसिस लै हिंदुआं दे नाल अपने आप नूं जोड़ लिया और असीं 72 साल तों गुलामी दे विच जकड़े होए हैं। ते दूजा शेख अब्दुल्ला जिन्हें बिना इस गल की परवाह किए कि भी अल्टीमेटली दिमाग में चढ़िया होंगे सैकुलरिज्म का भूत और नहरू के नाल गिटमिट की, और हरी सिंह ने ही जिहड़ा है वह कहा सी नहरू नूं कि जी इनू जिहड़ा है वह बनाओ सदरे रियासत जां कोई दो अलग सदर प्रेजिडेंट नूं कहिंदे सी और प्राइम मिनिस्टर के लिए एक होर लफज सी उन्हां दा, और अब्दुल्ले ने ही अब्दुल्ले नाल ही डील की नहरू ने आर्टिकल 370 वाली। अंबेडकर थोड़ा बहुत रिलक्टेंट सी, ते जड़ा हुण बड़ा कॉलमनिस्ट बनया जी पार्था सारथी, इहदा प्यो अयंगार जिन्हें ड्राफ्ट किया 370 जड़ा 1950 दे इंडियन कॉन्स्टिट्यूशन दे विच आया। तो मैं कहा जी इहदा फायदा यह है कि अब्दुल्ला टब्बर होए, मुफ्ती टब्बर होए, जां जड़ा है वह आजाद गनी आजाद इन्हां दा कांग्रेस दा, ये उस तो पहला एक मीर सी सादक GM सादक और दूसरे तीसरे जिहड़े इस किस्म के रखे हुए सी, उत्थे ईवन लोकल इलैक्शन भी ये मैनीपुलेट करते रहे, और ये जिहड़े विचाले इन्होंने दलाल रखे हुए सी जिन्हां राहीं ये कश्मीरी लोगों की आजादी के इंपल्स नूं दबांदे सी, मैं कहा जी वह पासे हो गए सारे, वह इररेलीवेंट हो गए और लड़ाई जिहड़ी है सीधी सीधी हो गई। एक पासे कश्मीरी लोगों की आजादी की इंपल्स है और दूसरे पासे भारतीय हिंदुत्वी हाकम उन्हां दा जुल्म है। और मैं समझदा भी इस दे नाल बेशक भारत है समझदा सी जी उन्होंने बड़ा कोई मास्टर स्ट्रोक मार लिया है और दब दिता और डेमोग्राफिक्स चेंजेस कर देंगे और फलाना टिमका हो जाएगा। मैं कहा जी इदा डेमोग्राफिक चेंजेस कश्मीरिया के सामने जिथे 7 लाख फौज जिहड़ी है वह कंबदी है इंडिया की, ये लिया के भैया यूपी बिहार के उत्ते बिठाएंगे, 2-4 स्टैबिंग्स दी इंसीडेंट्स हुई हैं, तो इन्होंने जड़ा माधोपुर की इन्होंने गंगा टप के भी नहीं खलोना, इन्होंने कहना आ गए मगर अद्धे तो इन्होंने वैसे ही उत्थे जड़े ने सुसाइड करते हैं जो छुट्टियां ते आ रहे हैं और खौफ दे विच डर दे विच ने। इस तरह नहीं हुंदा, ठीक है इन्हां दी बदनीयती और बदकलामी दे विच गल कर रहे हैं। सो जड़े लोग एक बार आजादी के लिए खलो जाते हैं उन्होंने फिर और जिन्होंने मिथ लिया हो भी हूँ गिव मी लिबर्टी और गिव मी डैथ, यही सी अमरीका च अमरीका ने जो इंग्लैंड नू चैलेंज किया 13 कॉलोनीज ने की इन्हों की ताकत सी 13 कॉलोनिया की टुटे भजे जाए सी ये। दूसरे पासे ब्रिटिश अंपायर जिन्हों के राज सूरज डुबदा नहीं सी 1776 की गल है, तो जड़ा वो उत्थे खलो के फिलाडेल्फिया कहिंदा उन्हों का नुमाइंदा कि भी पैट्रिक कि भी गिव मी लिबर्टी और गिव मी डैथ, कि हुण साडे कोल कोई थर्ड चॉइस नहीं है, जां आजादी है जां मौत है। जदों और असी इतिहास तो वाकफ हैं कि उन्हां 13 कॉलोनीज दियां रैग टैग मिलिशिया सी जिन्हों इन्हें प्रेजिडेंट वाशिंग जिहड़ा बाद च बनिया वाशिंगटन उहदा जनरल ही सी, उन्हें किवें एक ऑर्गेनाइज्ड ब्रिटिश आर्मी दे नाल भिड़ाया, किवें उच्चे नीवें दिन भी आए, एक स्टेज आई अंग्रेजा का हाथ उपर होया, उदों कई जड़े कमजोर दिलों वाले ने कच्चे पिले जिन्हां नूं मैं कहना अज भी ने सिखां च भी ने मुसलमाना कश्मीरियां च भी ने, उन्हें भी लगा कानू जी समझौता कर लेना सी, गलबात चों ही कुछ निकलदा है जी, लड़न चों ही निकलदा है, की निकलना निकलदा ही लड़न चों है, जरूरी नहीं तुसीं लड़ो, पर यह भी इन्हां दी अंग्रेजी दी एक्सप्रैशन है कि इफ यू वॉन्ट पीस बी प्रिपेयर्ड फॉर द वॉर। जे अमन हो ही नहीं सकता जे तुहानूं पता है ब्लिंकिंग ऑफ द आईज यही होंगे आई बॉल टू आई बॉल, जो दोवें अखा ताण के खड़े ने एक दूजे चखा चखा कड के जिन्हें पहला ब्लिंक किया वो डिफीट होंगे। सो इन द एंड ऑफ द डे वो दिन भी आए अमरीका की उस स्ट्रगल च जदों बहुत जड़े जो बाद कुछ कनेडा भी चले गए गोरे लगन लग गया भी ये किन्ना वड्डा पंगा लै लिया, उदों सी मिस्टर डोनल्ड पेन जिन्हें फिर कॉमन सेंस किताबजा लिखे जिदे च उन्हें कहा
कि डार्क डेज ट्राई द सोल ऑफ मैन, जदों औखे दिन आउंदे ने उदों मनुख परखे जांदे ने, सनशाइन पैट्रियॉट्स विदर अवे, ओनली दोज विद द कन्विक्शन स्टैंड देयर ग्राउंड, इदां दे लफ्ज़ ने कि जिहड़ी धुप चढ़ी ते देश भगत बणे उहनां तों भज भुज जांदे ने, ते जिन्हां दे अंदर विश्वास है ओह खलोंदे ने। सो जाहिर है अमरीका ने हिस्ट्री बदली, उही ब्रिटिश अंपायर दे तों साफ वलेटी गई, अज उही अमरीका 250 साल बाद दुनिया का एक वो डेस्टिनेशन ड्रीम है जिथे हर कोई पहुंचना चाहता है। सो मैं समझदा है भी जदों लोग इस लैवल थ्रैशहोल्ड क्रॉस कर लैंदे ने इफ एंड बट, और ये जड़े इन बिटवीन अब्दुल्ले ते मुफ्ती ते दूजे खड़े सी, ये सारे हुण सांभे गए ने, और जाहिर है लड़ाई सीधी सीधी हो गई है। हाँ, पाकिस्तान नू अपने कार्ड बड़ी हिम्मत दे नाल, संजम दे नाल, जिथे अखां दे विच लाली होनी चाहीदी है, भवकार भी शेर वाली होनी चाहीदी है, उत्थे जिहड़े इन्हां दीआं फॉल्ट लाइनस ने उन्हां नू, और मैं समझदा वी पाकिस्तान दा एक चंगा मैसेज सिख कौम नू उन्हां ने दित्ता, और असीं एक सैगमेंट जिहड़ा यूरे एशिया दे उत्ते अज जिहदे उत्ते राइटअप है कि करतारपुर कोरीडोर जारी रहेगा, ये भी डिप्लोमैटिक स्मार्टनेस भी है। पर नाल दी नाल मैं समझदा वी हुण जदों इन्हां ने लोई ला के दिखाई दित्ती है, बिल्कुल, ते पाकिस्तान नू भी वह मुद्दा खालिस्तान दा होए, कश्मीर दा होए, नागियां दी आजादी दा होए, दलित भाईचारे दा होए, पाकिस्तान नू भी हुण बिना ये कहा जी इंटरनेशनल कम्युनिटी की इंटरनेशनल कम्युनिटी ने किहड़े तुहानू फुल पा दित्ते ने, यूएन दे सैकटरी जनरल की गल सुन लो की है। सो कुल मिला के लोगों की ताकत दे उत्ते ही डिपेंड करना बनता है, और कश्मीरियां बारे जिवें मैं ये कहा कि वाशिंगटन पोस्ट ने इस दे उत्ते बड़ा क्लीयरली ये कहा कि भी उत्ते चल की रहा है कि इन श्रीनगर रेजिडेंट्स हैव बिन अनएबल टू मेक टेलीफोन कॉल्स और कनेक्ट टू द इंटरनेट, थाउजेंड्स ऑफ सिक्योरिटी फोर्सेज पेट्रोल द सिटी स्ट्रीट्स एट उबिक्यूटस चेक पॉइंट्स, पब्लिक मीटिंग्स ऑफ मोर देन फोर पीपल आर बैंड एंड स्कूल्स एंड कॉलेजेस रिमेन शट, हंड्रेड्स ऑफ पीपल हैव बिन डिटेन्ड टू कंटेन पॉसिबल वायलेंस अकॉर्डिंग टू लोकल मीडिया रिपोर्ट्स। और एक रिपोर्ट जी अज ही सी, कल भी असी डिस्कस की सी कि पहला उन्होंने 30 कश्मीरी नौजवानों का बैच जिन्हों उन्होंने हवाई जहाज के उत्ते उड़ा के आगरा जिहड़ा यूपी जा उहदी जेल च सुट्टिया, और अज दूसरी उहदे नाल रिलेटिड ही है भी ये हुण टॉर्चर करन दे लई किवें दूसरियां स्टेटां च लिजा रहे ने। अज है कि जे एंड के एडमिनिस्ट्रेशन शिफ्ट्स 20 मोर पोटेंशियल ट्रबल मेकरस टू आगरा जेल, हुण ये जिहड़े 20 ने उन्हां नूं होर जिहड़ा वो उन्होंने आगरे पहुँचाया। सो मैनूं ये लगता है भी आने वाले दिनों जे गिनती जिहड़ी हुण सैकड़ियां च है जिन्हां नूं ये बाहर कढ रहे ने जहाज़ां च लिजा के बाहर जेलां च डक रहे ने, ये हज़ारां च होएगी आने वाले दिनों च। और इस दे नाल नाल ही उन्होंने जिहड़ा ईवन इन जेल्स ये मिस्टर बिलाल अहमद कह रहे हैं कि ईवन इन जेल्स पीपल आर अलाउड टू कम्युनिकेट, वट इफ शी इज इन, उन्हें कहा कि पर मैं 4 घंटे तो वेट कर रहे हैं क्योंकि मैनू ईवन जिहड़ा है वो अपनी टीनेज डॉटर दे नाल भी जिहड़ी बॉम्बे च पढ़ती है मुंबई च मिलन नहीं दिता जा रहा, वट इफ शी इज इन सम नीड एंड आई कांट रीच हर। और जिहड़े हज़ारां स्टूडेंट कश्मीरी बाहर पढ़ते हैं, और इस गल का ध्यान रहे जदों असीं कश्मीरियां दी गल कर रहे हैं, असीं कश्मीरी इकल्ले मुसलमानां दी गल नहीं कर रहे, 1 लख तो ज़्यादा सिख कश्मीर वादी दे विच ने, और क्योंकि एक करफ्यू और दूजा जम्मू च भी रहा, और वो सिख जिहड़े अपने कश्मीरी भरावां भैणां दे नाल खलोते ने। सो जदों असीं कश्मीरियां दे हक च हा दा नारा मार रहे हैं जिथे उन्हां दी आजादी दे हक दी गल है, उत्थे असीं अपने भरावां भैणां लई वी, क्योंकि इसे कश्मीर वादी च 20 मार्च 2000 नूं प्रेजिडेंट क्लिंटन की विजिट के वेले 35 सिख कश्मीर वादी के जिला अनंतनाग के चिट्ठी सिंहपुरा पिंड च कोल्ड ब्लडेड उन्हों का मर्डर किया गया सी। सो वाशिंगटन पोस्ट ने काफ़ी वेरवे दे नाल इलाका वाइज करके भी दिता है कितने की होया, मैं देख रहा घड़ी वाल और वक्त नहीं है, पर मैनू नाल दी नाल ईवन CNN की एक स्टोरी भी अज इस दे उत्ते आई है जिहदे च उन्होंने कहा है कि भी टोटल ब्लैकआउट है इंडियन कंट्रोल कश्मीर च। और ये स्टोरी भी जड़ी के 9 अगस्त दी है, जेम्स ग्रिफिथ CNN ने दिती है, और उहदे च उन्हें कहा वन ऑफ द वर्ल्ड्स मोस्ट सेंसिटिव रीजनस इज इन द मिड्स ऑफ ए क्राइसिस एंड कुड बी ऑन द वर्ज ऑफ कन्फ्लिक्ट, बट द वर्ल्ड मे नॉट फाइंड आउट
what's happening there until it is too late. ਇੱਕ ਫਿਕਰੇ ਜੋ ਨੇ ਕਹਿਤਾ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਫਲੈਸ਼ ਪੁਆਇੰਟ ਜਿੱਥੇ ਕੁਝ ਵੀ ਹੋ ਸਕਦਾ ਹੈ ਪਰ ਦੁਨੀਆ ਨੂੰ ਪਤਾ ਨਹੀਂ ਲੱਗੇਗਾ ਕਿ ਕੀ ਹੋਇਆ ਤੇ ਕੀ ਹੋ ਰਿਹਾ ਕਿਉਂਕਿ ਫਿਰ ਉਹਨੇ ਕਿਹਾ ਐਨ ਆਲਮੋਸਟ ਕੰਪਲੀਟ ਕਮਿਊਨੀਕੇਸ਼ਨ ਬਲੈਕਆਊਟ ਹੈਜ਼ ਬੀਨ ਇੰਪੋਜ਼ਡ ਇਨ ਇੰਡੀਅਨ ਕੰਟਰੋਲਡ ਕਸ਼ਮੀਰ ਆਫਟਰ ਦਾ ਗਵਰਨਮੈਂਟ ਇਨ ਡੈਲੀ ਮੂਵ ਟੂ ਸਕ੍ਰੈਪ ਦਾ ਰੀਜਨ ਸਪੈਸ਼ਲ ਸਟੇਟਸ ਸਪਾਰਕਿੰਗ ਐਨ ਐਂਗਰੀ ਰਿਸਪੋਂਸ ਫਰੋਮ ਪਾਕਿਸਤਾਨ ਦਾ ਟੂ ਨੇਬਰਸ ਹੈਵ ਫੌਟ ਨਿਊਮਰਸ ਟਾਈਮਸ ਓਵਰ ਕਸ਼ਮੀਰ ਫਿਰ ਉਹਨਾਂ ਨੇ ਕਿਹਾ ਕਿ ਬਈ ਪੋਲੀਟੀਸ਼ੀਅਨਸ ਹੈਵ ਰਿਪੋਰਟਡਲੀ ਬੀਨ ਡੀਟੇਨਡ ਜਰਨਲਿਸਟ ਰੈਸਟ੍ਰਿਕਟਡ ਇਨ ਦੇਅਰ ਰਿਪੋਰਟਿੰਗ ਐਂਡ ਹਿਊਮਨ ਰਾਈਟਸ ਗਰੁੱਪਸ ਹੈਜ਼ ਵਾਰਨਡ ਆਫ ਪੋਟੈਂਸ਼ੀਅਲ ਐਬਿਊਜ਼ਸ ਡਿਊ ਟੂ ਲੈਕ ਆਫ ਇੰਟਰਨੈਸ਼ਨਲ ਓਵਰਸਾਈਟ ਐਨੇਬਲਡ ਬਾਈ ਦਾ ਕਮਿਊਨੀਕੇਸ਼ਨ ਬਲੈਕ ਆਊਟ ਉਹਨਾਂ ਨੇ ਕਿਹਾ ਜੀ ਜੋ ਬਲੈਕ ਆਊਟ ਹੈ ਔਰ ਦੁਨੀਆ ਦੀ ਜਿਹੜੀ ਐਪੈਥੀ ਹੈ ਉਹਦੇ ਥੱਲੇ ਕੁਛ ਵੀ ਜਿਹੜਾ ਉੱਥੇ ਹੋ ਸਕਦਾ ਇਹ ਲਾਰਜ ਸਕੇਲ ਕਮਿਊਨੀਕੇਸ਼ਨ ਡਿਸਰਪਸ਼ਨ ਐਟ ਸੱਚ ਇਹ ਕਰੂਸ਼ਲ ਟਾਈਮ ਫਾਰ ਕਸ਼ਮੀਰ ਇਜ਼ ਐਨ ਐਗਰੀਜੀਅਸ ਵਾਇਓਲੇਸ਼ਨ ਆਫ ਸਿਟੀਜ਼ਨਸ ਰਾਈਟਸ ਟੂ ਇਨਫੋਰਮੇਸ਼ਨ ਫਰੋਮ ਦਾ ਫਰੀ ਪ੍ਰੈਸ ਇਫਤਖਾਰ ਏ ਸੀਨੀਅਰ ਰਿਸਰਚਰ ਵਿਦ ਦਾ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਸੈਡ ਇਨ ਏ ਸਟੇਟਮੈਂਟ ਵੀ ਕਾਲ ਪ੍ਰਾਈਮ ਮਿਨਿਸਟਰ ਮੋਦੀ ਐਂਡ ਹਿਜ਼ ਐਡਮਿਨਿਸਟ੍ਰੇਸ਼ਨ ਟੂ ਗਾਰੰਟੀ ਦੈਟ ਆਲ ਕਮਿਊਨੀਕੇਸ਼ਨ ਬਲੋਕਸ ਇਨ ਕਸ਼ਮੀਰ ਆਰ ਲਿਫਟਡ ਜਰਨਲਿਸਟ ਆਰ ਏਬਲ ਟੂ ਸੋ ਦੈਟ ਜਰਨਲਿਸਟ ਆਰ ਏਬਲ ਟੂ ਰਿਪੋਰਟ ਫਰੀਲੀ ਔਰ ਇਸੇ ਤਰ੍ਹਾਂ ਉਹਨਾਂ ਨੇ ਫਰਦਰ ਸਾਰਾ ਇਹ ਸੀ ਐਨ ਐਨ ਦੀ ਸਟੋਰੀ ਹੈ ਬਟ ਮੈਂ ਥੋੜ੍ਹਾ ਜਿਹਾ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਬਰਡਸ ਆਈ ਵਿਊ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਪੰਛੀ ਝਾਤ ਸੋ ਸੀ ਐਨ ਐਨ ਔਰ ਵਾਸ਼ਿੰਗਟਨ ਪੋਸਟ ਟਰੂਥ ਦੇ ਰਹੇ ਨੇ ਪਰ ਜਦੋਂ ਤੁਸੀਂ ਇੰਡੀਅਨ ਮੀਡੀਆ ਦੇਖਦੇ ਹੋ ਪੀ ਟੀ ਆਈ ਦੀ ਸਟੋਰੀ ਹੈ ਫਰਾਈਡੇ ਪ੍ਰੇਅਰਸ ਪੀਸਫੁਲ ਇਨ ਕਸ਼ਮੀਰ ਸਕੂਲਸ ਕਾਲਜਿਸ ਟੂ ਰੀਓਪਨ ਇਨ ਜੰਮੂ ਜਿਵੇਂ ਸਭ ਠੀਕ ਠਾਕ ਹੈ ਸਭ ਠੀਕ ਹੋ ਗਿਆ ਪਰ ਮੈਂ ਸਮਝਦਾ ਵੀ ਇਹ ਕਦੋਂ ਤੱਕ ਇਹ ਜਿਸ ਕਿਸਮ ਦਾ ਜ਼ੁਲਮ ਇਹਨਾਂ ਨੇ ਕੀਤਾ ਇਹ ਜਾਣਕਾਰੀ ਤਾਂ ਦੱਬ ਲਈ ਆ ਉਹਨਾਂ ਨੇ ਚਾਰ ਦਿਨ ਹੋਰ ਦੱਬ ਲੈਣਗੇ ਪਰ ਲੋਕਾਂ ਦੇ ਅੰਦਰ ਜਿਹੜਾ ਲਾਵਾ ਹੈ ਜਿਹੜਾ ਉਹਨਾਂ ਦੇ ਅੰਦਰ ਵੋਲਕੈਨੋ ਹੈ ਜਿਹੜਾ ਮੈਨੂੰ ਲੱਗਦਾ ਸੀ ਜਿਵੇਂ ਮੈਂ ਕਿਹਾ ਵੀ ਕਸ਼ਮੀਰੀ ਠੰਡੀ ਕਰਕੇ ਲੈਂਦੇ ਨੇ ਪਰ ਉਹ ਤਾਂ ਹੁਣ ਤੱਤੀ ਇਹਨਾਂ ਦੇ ਉੱਤੇ ਚਾਹ ਪਾਣਗੇ ਚਾਹ ਆਪ ਤਾਂ ਠੰਡੀ ਪੀਣਗੇ ਕਿ ਨਹੀਂ ਪੀਣਗੇ ਪਰ ਇਹਨਾਂ ਦੇ ਉੱਤੇ ਜਿਹੜਾ ਉਹ ਚਾਹ ਦਾ ਪਤੀਲਾ ਜਿਹੜਾ ਉਹ ਉਹਨਾਂ ਨੇ ਜ਼ਰੂਰ ਡੋਲਣੇ ਭਰਿਆ ਭਰਾਇਆ ਔਰ ਜ਼ਾਹਰ ਹੈ ਕਿ ਇਹਨਾਂ ਨੇ ਅਲਟੀਮੇਟਲੀ ਇਹੀ ਕਹਿਣਗੇ ਜਿਹੜੇ ਅੱਜ ਉਹ ਇਹਨਾਂ ਦੀਆਂ 3-3 ਫੁੱਟੀਆਂ ਜਰਨਲਿਸਟ ਜਿਹੜੀਆਂ 6-6 ਫੁੱਟ ਉੱਛਲ ਰਹੀਆਂ ਵਧਾਈਆਂ ਦੇਣ ਲਈ ਉਹੀ ਕਹਿਣਗੀਆਂ ਕਿ ਆਪੇ ਫਾਥੜੀਏ ਤੈਨੂੰ ਕੌਣ ਛੁਡਾਈਏ ਕਿਉਂ ਕੀਆ ਥਾ ਮੋਦੀ ਨੇ ਔਰ ਅਮਿਤ ਸ਼ਾਹ ਨੇ ਹਮੇ ਵੀ ਮਰਵਾਇਆ ਅਬ ਕਿਆ ਕਰੇ ਹਮ ਇਹੀ ਕਹਿਣਗੀਆਂ ਉੱਥੇ ਬੈਠ ਕੇ ਔਰ ਉਦੋਂ ਵੀ ਦੇਖ ਰਹੀਆਂ ਹੋਣਗੀਆਂ ਵੀ TRP ਕਿੰਨੀ ਗਈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ TV84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਝੜਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-3737 ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਨਾਲ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ